कश्मीर घाटी के अतवादियों ने एक टनल से हमला कर दिता जिस दे विच छे मजदूरों समेत एक डॉक्टर का भी कतल कर दिता गया। इन्हां दे विचों एक पंजाबी नौजवान भी सी जिसका नाम गुरमीत सिंह सी। इसकी उम्र 38 साल के करीब सी ते यह गुरदासपुर का रहन वाला सी। ਤਾਂ ਹੁਣ ਇਸਦੇ ਘਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਹੁਣ ਆਪਣੇ ਪਿੱਛੇ ਪਤਨੀ ਸਮੇਤ ਦੋ ਬੱਚੇ ਛੱਡ ਗਿਆ। ਪਰਿਵਾਰ ਨੇ ਦੱਸਿਆ ਕਿ ਇਹ 2 ਸਾਲ ਤੋਂ ਕਸ਼ਮੀਰ 'ਚ ਬਣ ਰਹੀ ਟਨਲ 'ਤੇ ਕੰਮ ਕਰ ਰਿਹਾ ਸੀ ਤਾਂ ਇਸੇ ਦੌਰਾਨ ਅਤਵਾਦੀਆਂ ਦੇ ਵੱਲੋਂ ਇਸ 'ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਇਸ ਦੀ ਜਾਨ ਚਲੀ ਗਈ। ਦੱਸ ਦਈਏ ਕਿ ਦੇਰ ਰਾਤ ਅਤਵਾਦੀਆਂ ਦੇ ਵੱਲੋਂ ਕਸ਼ਮੀਰ ਘਾਟੀ ਦੇ ਵਿੱਚ ਹਮਲਾ ਕੀਤਾ ਗਿਆ ਜਿਸ ਦੇ ਵਿੱਚ 6 ਮਜ਼ਦੂਰਾਂ ਸਮੇਤ ਇੱਕ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਇਹ ਅਤਵਾਦੀ ਮੌਕੇ ਤੋਂ ਫਰਾਰ ਹੋ ਗਏ ਸੀ। ਜਿਸ ਤੋਂ ਬਾਅਦ ਲਗਾਤਾਰ ਸੁਰੱਖਿਆ ਬਲਾਂ ਦੇ ਵੱਲੋਂ ਇਹਨਾਂ ਨੂੰ ਲੱਭਣ ਲਈ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ। ਤਾਂ ਦੱਸ ਦਈਏ ਕਿ 38 ਸਾਲ ਦਾ ਇਹ ਨੌਜਵਾਨ ਸੀ ਜਿਸਦਾ ਕਿ ਟਨਲ 'ਤੇ ਕੰਮ ਕਰਦੇ ਨੂੰ ਇਹ ਅਤਵਾਦੀ ਗੋਲੀਆਂ ਮਾਰ ਜਾਂਦੇ ਨੇ ਜਿਸ ਦੇ ਵਿੱਚ ਇਸਦੀ ਜਾਨ ਚਲੀ ਜਾਂਦੀ ਹੈ। ਤਾਂ ਜਿਵੇਂ ਹੀ ਪਰਿਵਾਰ ਨੂੰ ਇਸ ਸੰਬੰਧੀ ਸੂਚਨਾ ਮਿਲਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਇਹ ਗੱਲ ਰਾਤੀ ਫੋਨ ਆਇਆ ਸੀ ਇਹਨਾਂ ਦਾ ਮਾਸੀ ਜੀ ਨੂੰ, ਮਾਸੜ ਜੀ ਲੱਗਦੇ ਮੇਰੇ, ਅਤੇ ਫੋਨ ਆਉਣ ਡਿਆ ਅਤੇ ਗੱਲ ਕਰਨ ਡੇ ਘਰੇ ਅਤੇ ਆਪਣਾ ਕਹਿੰਦੇ ਕਿ ਫੋਨ ਦੇ ਵਿੱਚ ਪਹਿਲਾਂ ਗੱਲ ਹੋਈ ਸੀ, ਮੁੜ ਕੇ ਕਹਿੰਦੇ ਕਿ ਇਹ ਮੇਰੇ ਗੋਲੀ ਲੱਗ ਗਈ ਹੈ। ਹਾਂਜੀ, ਅਤੇ ਪਹਿਲਾਂ ਕਹਿੰਦੇ ਮੇਰੇ ਹੱਥ 'ਚ ਹੀ ਲੱਗੀ ਹੈ ਅਤੇ ਮੈਂ ਠੀਕ ਹਾਂ। ਹਾਂਜੀ, ਚਲੋ ਮੁੜ ਕੇ ਫਿਰ ਇਹਨਾਂ ਦਾ ਜਦੋਂ ਦੂਜਾ ਆਵਾਜ਼ ਆਈ ਨਾ ਪੈਰ ਦੀ ਅਤੇ ਉਦੋਂ ਬਾਅਦ ਦੇ ਵਿੱਚ ਫੋਨ ਵੀ ਬੰਦ ਹੋ ਗਿਆ ਇਹਨਾਂ ਦਾ। ਅਤੇ ਉੱਥੇ ਕਿੰਨੇ ਦਿਨਾਂ ਤੋਂ ਗਏ? ਉੱਥੇ 2 ਸਾਲ ਤੋਂ ਉੱਥੇ। ਅੱਛਾ, ਹਾਂਜੀ। ਅਤੇ ਕਿੰਨੇ ਕੁ ਵਜੇ ਇਹਨਾਂ ਸ਼ਾਮੀ ਪਈ ਫੋਨ ਆਇਆ? ਸ਼ਾਮੀ 7:30 7:45 ਦੀ ਗੱਲ ਜੀ। ਅਤੇ ਕਿਹੜੀ ਜਗ੍ਹਾ? ਜੰਮੂ ਕਸ਼ਮੀਰ? ਹਾਂਜੀ, ਜੰਮੂ ਕਸ਼ਮੀਰ ਸੋਨਮਾਰਗ। ਕਿੰਨੇ ਬੱਚੇ ਕਿੰਨੇ ਇਹਨਾਂ ਦੇ? ਇਹਨਾਂ ਦੇ 3 ਬੱਚੇ। ਇਹ ਘਟਨਾ ਕਿਤੇ ਸ਼ਾਮਾਂ ਨੂੰ ਫੋਨ ਕਰਨ ਦੇ ਅਤੇ ਫੋਨ ਕਰਨ 'ਤੇ ਮਿਲੀਟੈਂਟ ਆਏ ਆ, ਉਹਨਾਂ ਨੇ ਇਹਨਾਂ ਦੇ ਬ੍ਰੈਸਟ ਮਾਰਿਆ। ਪਹਿਲਾਂ ਆਉਂਦੇ ਇੱਕ ਗੋਲੀ ਲੱਗੀ ਹੈ ਅਤੇ ਇੱਕ ਕਹਿੰਦੇ ਕਿ ਮਤਲਬ ਪੇਟ 'ਤੇ ਲੱਗੀ ਗੋਲੀ, ਉਹਦੇ ਕਾਰਨ ਇਹਨਾਂ ਦਾ ਮਤਲਬ ਡੈਥ ਹੋ ਗਈ ਇਹਨਾਂ ਦੀ। ਇਹ ਕਿੰਨੇ ਕੁ ਵਜੇ ਦੀ ਘਟਨਾ ਹੈ? ਹਾਂਜੀ, ਕਿੰਨੇ ਕੁ ਵਜੇ ਦੀ ਘਟਨਾ? ਸ਼ਾਮਾਂ ਦੀ 7 ਤੋਂ 8 ਦੇ ਵਿੱਚ ਦੱਸਣੇ ਆ। ਕਿਹੜੀ ਜਗ੍ਹਾ ਭਾਅ ਜੀ ਕੰਮ ਕਰਦੇ? ਇਹ ਹੈ ਇੱਧਰ ਕੰਗਣ ਦੇ ਲੱਗੇ ਆਪਣਾ ਸੋਨਾਮਰਗ ਹੈ, ਟੰਡਲ ਦਾ ਕੰਮ ਚੱਲਣ ਦੇ ਉੱਥੇ, ਉਹਦੇ ਸੰਬੰਧ 'ਚ ਇਹ ਕੰਮ ਕਰਦੇ ਉੱਥੇ। ਠੀਕ, ਅਤੇ ਇਹਨਾਂ 'ਤੇ ਉਮਰ ਕਿੰਨੀ ਕੁ ਹੋਏਗੀ? ਉਮਰ ਇਹਨਾਂ ਦੀ ਸਰ 38-40 ਸਾਲ ਹੋਣੀ ਹੈ ਸਰ। ਮਗਰ ਬੱਚੇ ਕਿੰਨੇ ਸਰ? ਬੱਚੇ 2 ਗੁੜੀਆਂ, ਇੱਕ ਬੇਟਾ। ਠੀਕ ਹੈ, ਠੀਕ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਹੈ ਜੀ, ਇਨਸਾਫ ਮਿਲਣਾ ਚਾਹੀਦਾ। ਹਾਂਜੀ, ਅਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹ ਮੰਗ ਹੈ ਜੀ ਕਿ ਮਤਲਬ ਪਰਿਵਾਰ, ਗਰੀਬ ਪਰਿਵਾਰ ਹੈ, ਚਲੋ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਬਜ਼ੁਰਗ ਪਿਓ ਹੈ ਉਹਨਾਂ ਦਾ, ਉਹਨਾਂ ਦੀ ਵੀ ਚਲੋ ਬਾਂਹ ਫੜਨੀ ਚਾਹੀਦੀ ਇਹਨਾਂ ਨੂੰ। ਬੱਚੇ ਹੈ ਛੋਟੇ ਹੈ, ਅਜੇ ਇੱਕ ਬੇਟੀ ਦਾ ਵਿਆਹ ਹੋਇਆ, ਇੱਕ ਬੇਟੀ ਔਰ ਬੇਟਾ ਅਨਮੈਰਿਡ ਹੈ ਜੀ, ਛੋਟੇ ਆ ਜੀ। ਬਸ ਪ੍ਰਸ਼ਾਸਨ ਇਹੋ ਹੀ ਹੈ ਕਿ ਇਹਨਾਂ ਦੀ ਹੈਲਪ ਹੋਈ। ਹਾਂਜੀ, ਬੇਟੇ ਨੂੰ ਇਹ ਹੈ ਕਿ ਕੋਈ ਜੋਬ ਮਿਲ ਜੇ ਅਤੇ ਘਰ ਦਾ ਜਿਹੜਾ ਇਹਨਾਂ ਦਾ ਕੰਮ ਚੱਲ ਸਕੇ।